ਪਰਿਵਾਰ ਨੂੰ ਲੈ ਕਰਕੇ ਇਹਨਾਂ ਨੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਔਰ ਗੁਰਮਤਿ ਨੇ ਸਾਨੂੰ ਪਹਿਲੇ ਦਿਨ ਤੋਂ ਹੀ ਇਹ ਗੱਲਾਂ ਸਮਝਾਈਆਂ ਨੇ ਸਾਰੀਆਂ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ ਖਜ਼ਾਨਾ ਹੈ ਉਹ ਜਿੱਥੇ ਅਧਿਆਤਮਿਕ ਤੌਰ ਦੇ ਉੱਤੇ ਸਾਨੂੰ ਜੀਵਨ ਜਾਂਚ ਕੋਸ਼ਿਸ਼ ਕਰਦਾ ਹੈ ਉੱਥੇ ਸੰਸਾਰ ਪੱਧਰ ਦੇ ਉੱਤੇ ਮਨੁੱਖਤਾ ਦੇ ਭਲੇ ਵਾਸਤੇ ਸਵਰਗ ਦੇ ਭਲੇ ਵਾਸਤੇ ਕੰਮ ਜੋ ਕਰਦੇ ਹਨ ਅਤੇ ਸਾਡੇ ਵਾਸਤੇ ਵਾਤਾਵਰਨ ਦੀ ਗੱਲ ਵੀ ਵਾਰ ਵਾਰ ਹੋ ਜਾਏਗੀ ਜਿਵੇਂ ਵੀਰ ਜੀ ਨੇ ਬੰਦੀ ਬਲਿਹਾਰੀ ਕੁਦਰਤ ਦੱਸਿਆ ਤੇ ਰਾਮ ਤਨ ਜਾਈ ਲਿਖਿਆ ਦੀ ਗੱਲ ਕੀਤੀ ਉੱਥੋਂ ਸ਼ੁਰੂ ਹੋ ਕੇ ਆਪਣੇ ਆਲੇ ਦੁਆਲੇ ਨੂੰ ਸਵਾਰਦਿਆਂ ਹੋਇਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਵਨ ਦਾ ਨਿਰਮਲ ਸਾਥੋਂ ਅਤੇ ਕਰਨੀ ਹੋਣੀ ਫਿਰ ਅੰਦਰ ਦੇ ਵਾਤਾਵਰਨ ਨੂੰ ਠੀਕ ਕਰਨਾ ਤਾਂ ਕਿ ਅਸੀਂ ਇੱਕ ਚੰਗੇ ਇਨਸਾਨ ਬਣ ਸਕੀਏ ਗੁਰੂ ਨਾਨਕ ਸਾਹਿਬ ਜੀ ਦਾ ਉਹ ਸੁਪਨਾ ਸਾਕਾਰ ਹੋ ਸਕੇ ਕਿ ਉਸ ਜ਼ਿਆਦਾ ਵੀ ਹੈ ਕਿ ਪੂਰੇ ਉੱਤੇ ਬਾਹਰ ਹੁਕਮਰ ਦਾਈ ਚੱਲਣਾ ਨਾਨਕ ਦੇਖਿਆ ਨਾਲ ਦਾਸ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹੈ ਤੁਹਾਡਾ ਵੀ ਧੰਨਵਾਦੀ ਹੈ ਕਿ ਤੁਸੀਂ ਸਮਾਂ ਦਿੱਤਾ ਔਰ ਆਸ ਕਰਦੇ ਹਾਂ ਕਿ ਅੱਗੋਂ ਵੀ ਕਿਸੇ ਤਰ੍ਹਾਂ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ।